ਗੱਲ ਕਰਾਂਗੇ ਗੈਂਗਸਟਰ ਪ੍ਰੀਤ ਸੇਖੋਂ ਉਰਫ਼ ਅੰਬਰਸਰੀਆ ਬਾਰੇ। ਮੂਲ ਰੂਪ ਤੋਂ ਪ੍ਰੀਤ ਸੇਖੋਂ ਅੰਮ੍ਰਿਤਸਰ ਦੇ ਪਿੰਡ ਸਾਗਣਾ ਦਾ ਰਹਿਣ ਵਾਲਾ। ਪੇਸ਼ੇ ਤੋਂ ਬੌਂਸਰ ਸੀ ਪ੍ਰੀਤ ਸੇਖੋਂ ਜੋ ਕਿ ਰਣਜੀਤ ਰੈਵਿਨਿਓ ਦੇ ਹੋਟਲ 'ਚ ਨੌਕਰੀ ਕਰਦਾ ਸੀ। ਸਾਲ 2011 'ਚ ਪ੍ਰੀਤ ਸੇਖੋਂ ਨੇ ਆਪਣੀ ਹੀ ਭੈਣ ਅਤੇ ਉਸ ਦੀ ਸੱਸ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪ੍ਰੀਤ ਸੇਖੋਂ ਜੇਲ੍ਹ ਵੀ ਗਿਆ ਸੀ। ਜਿੱਥੇ ਉਹ ਕੈਨੇਡਾ ਬੈਠੇ ਪ੍ਰੀਤ ਲੰਡਾ ਤੇ ਲਖਬੀਰ ਸਿੰਘ ਦੇ ਸੰਪਰਕ ਚ ਆਇਆ। 2018 ਚ ਪ੍ਰੀਤ ਸੇਖੋਂ ਨੇ ਜੇਲ੍ਹ ਤੋਂ ਰਿਹਾ ਹੋਇਆ ਲਖਬੀਰ ਸਿੰਘ ਦੇ ਇਸ਼ਾਰੇ ਤੇ 2019 ਚ ਪਤਲੀ ਘਰ ਦੇ ਵਿਆਸ ਵਿਖੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸੇ ਦੌਰਾਨ ਪੁਲਿਸ ਵੱਲੋਂ ਜਾਂਚ ਕੀਤੀ ਗਈ ਜਾਂਚ ਚ ਸਾਹਮਣੇ ਆਇਆ ਕਿ ਪ੍ਰੀਤ ਸੇਖੋਂ ਨੂੰ ਕੈਨੇਡਾ ਬੈਠੇ ਲਖਬੀਰ ਸਿੰਘ ਵੱਲੋਂ ਇਨਪੁਟ ਭੇਜੀ ਜਾਂਦੀ ਹੈ ਫਿਰ ਗੈਂਗਸਟਰ ਪ੍ਰੀਤ ਸੇਖੋਂ ਆਪਣੇ ਸਾਥੀਆਂ ਨਾਲ ਮਿਲ ਕੇ ਵਿਰੋਧੀ ਧਿਰ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਲੱਗਾ ਸੇਖੋਂ ਨੇ ਸਾਲ 2019 ਚ ਪੁਤਲੀਕਾਰ ਦੇ ਡਾਕਟਰ ਹਰਪ੍ਰੀਤ ਸਿੰਘ ਤੋਂ 10 ਲੱਖ ਦੀ ਫਿਰੋਤੀ ਮੰਗੀ। ਉਸ ਤੋਂ ਬਾਅਦ ਬਿਆਸ ਦੇ ਕੁਲਦੀਪ ਸਿੰਘ ਤੋਂ ਵੀ 10 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਤੇ ਗੋਲੀਆਂ ਵਿੱਚ ਲਾਈਆਂ ਗਈਆਂ। ਇਹ ਹਾਂ ਤੱਕ ਅਜੇ ਵੀ ਇੱਥੇ ਨਹੀਂ ਥਮਿਆ। 1 ਜਨਵਰੀ 2020 ਦੀ ਰਾਤ ਪ੍ਰੀਤ ਸੇਖੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਸ਼ਲ ਸਾਈਡ ਨਾਮ ਤੇ ਇਸ ਤਰ੍ਹਾਂ ਚ ਹਰਜੀਤ ਨਾਮ ਦੇ ਵਿਅਕਤੀ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਮੋਦ ਦੇ ਘਾਟ ਤੱਕ ਉਤਾਰ ਦਿੱਤਾ। ਫਿਰ 10 ਅਕਤੂਬਰ 2020 ਦੀ ਰਾਤ ਰੰਜੀਤ ਐਵੇਨਿਊ 'ਚ ਪੁਰਾਣੀ ਰੰਜੀਤ ਦੇ ਤਹਿਤ ਇੱਕ ਹੋਰ ਬੌਂਸਰ ਜਗਰੂਪ ਸਿੰਘ ਜੱਗਾ ਨੂੰ ਗੋਲੀਆਂ ਨਾਲ ਪੁੱਣ ਦਿੱਤਾ ਮ੍ਰਿਤਕ ਜੱਗਾ ਦੇ ਪੇੜ 'ਚ 5 ਗੋਲੀਆਂ ਮਾਰੀਆਂ ਗਈਆਂ ਜੋ ਕਿ ਉਸਦੇ ਆਰ-ਪਾਰ ਹੋ ਗਈਆਂ ਦੋ ਸਿਰ 'ਚ ਮਾਰੀਆਂ ਇਹ ਕਤਲ ਕਰਨ ਤੋਂ ਬਾਅਦ ਵੀ ਸੇਖੋਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜ਼ਿੰਮੇਵਾਰੀ ਵੀ ਲਈ ਪ੍ਰੇਸ਼ੇਖੋਂ ਨੂੰ ਮੰਗਲਵਾਰ ਦੀ ਸ਼ਾਮ ਅਜਨਾਲਾ ਦੇ ਪਿੰਡ ਚਮਿਆਰੀ ਚੌਕ ਘੇਰਾ ਬੰਦੀ ਕਰਦੇ ਹੋਏ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਚਮਿਆਰੀ ਨੂੰ ਘੇਰਾ ਪਾ ਕੇ ਗੈਂਗਸਟਰ ਪ੍ਰੀਤ ਸੇਖੋਂ ਤੇ ਉਸਦੇ ਸਾਥੀਆਂ ਨੂੰ ਰਾਉਂਡ ਅਪ ਕੀਤਾ। ਕਾਫੀ ਸਮਾਂ ਪ੍ਰੀਤ ਸੇਖੋਂ ਆਪਣੇ ਸਾਥੀ ਗੁਰਲਾਲ ਸਿੰਘ ਤੇ ਨੀਕਾ ਖਨੂਰ ਸਾਬਿਆ ਨਾਲ ਹੱਥਿਆਣਾ ਸਣੇ ਘਰਤੀ ਛੱਤ ਉੱਤੇ ਡਟਿਆ ਰਿਹਾ ਤੇ ਰਾਉਂਡ ਫਾਇਰ ਵੀ ਕਿਤੇ ਗਏ। ਚਾਰੇ ਪਾਸਿਓਂ ਪੁਲਿਸਵਰੋ ਘੇਰੇ ਪੈਚ ਚਾਰੇ ਪਾਸਿਓਂ ਪੁਲਿਸ ਵੱਲੋਂ ਕਿਰੇ ਜਾਣ ਉੱਤੇ ਪ੍ਰੀਤ ਸੇਖੋਂ ਨੂੰ ਡਰ ਪੈ ਗਿਆ ਕਿਤੇ ਪੁਲਿਸ ਉਸ ਦਾ ਐਨਕਾਊਂਟਰ ਨਾ ਕਰ ਦੇਵੇ ਇਸੇ ਡਰ ਤੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਨੂੰ ਫੇਸ ਪੇਚ ਇਸੇ ਡਰ ਤੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਐਨਕਾਊਂਟਰ ਉੱਤੇ ਪੋਸਟ ਇਸ ਡਰ ਇਸ ਡਰ ਤੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਉੱਤੇ ਪੋਸਟ ਪਾਈ ਅਤੇ ਲਿਖਿਆ ਕਿ ਮੈਂ ਆਪਣੇ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਪੁਲਿਸ ਨੇ ਪਿੰਡ ਚਮਿਆਰੀ ਨੇੜੇ ਅਜਨਾਲਾ ਵਿਖੇ ਘੇਰਾ ਪਾਇਆ ਹੋਇਆ ਹੈ ਇਹ ਖਬਰ ਸ਼ੇਅਰ ਕਰਨ ਦੀ ਗੱਲ ਵੀ ਲਿਖੀ ਆਪਣਾ ਵਾਸਤਵ ਦਾ ਨਾਂ ਵੇਖ ਆਖਰਪ੍ਰੀਤ ਸੇਖੋਂ ਨੇ ਸੈਂਡਰ ਕਰ ਦਿੱਤਾ ਪੁਲਿਸ ਮੁਤਾਬਕ ਗੈਂਗਸਟਰ ਪ੍ਰੀਤ ਸੇਖੋਂ ਤੋਂ ਇੱਕ ਕਾਰ ਰਾਈਫਲ ਪੰਜ ਪਿਸਤਲ ਵੱਡੀ ਗਿਣਤੀ ਚ ਕਾਰਤੂਸ ਅਤੇ ਚਾਰ ਮੋਬਾਈਲ ਬਰਾਮਦ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਪ੍ਰੀਤ ਸੇਖੋਂ ਹੁਣ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕਤ ਸੀ ਫਿਲਹਾਲ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਦੇ ਹੋਏ ਪ੍ਰੀਤ ਸੇਖੋਂ ਤੇ ਸਾਥੀਆਂ ਸਣੇ ਪੁਲਿਸ ਰਿਮਾਂਡ ਲੈ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਪੁੱਛਗਿੱਛ ਦੌਰਾਨ ਪ੍ਰੀਤ ਸੇਖੋਂ ਵੱਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਊਰੋ ਰਿਪੋਰਟ ਸੱਚ ਬਾਣੀ